स्वागत है जी ਤੁਹਾਡਾ ਇਗਨਾਈਟਿਡ ਮਾਈਂਡ ਇੰਸਟੀਚਿਊਟ ਦੇ ਉੱਤੇ। ਸਤਿ ਸ੍ਰੀ ਅਕਾਲ ਸਭ ਨੂੰ। ਅੱਜ ਆਪਾਂ ਸਟਾਰਟ ਕਰਨਾ ਗਾ ਪੰਜਾਬ ਜੀਕੇ ਲੈਕਚਰ ਫਸਟ, ਅਤੇ ਉਹਦੀ ਅੱਜ ਆਪਾਂ ਡਿਸਕਸ਼ਨ ਕਰਾਂਗੇ ਮਲਟੀਪਲ ਕੁਐਸਚਨਸ ਦੇ ਵਿੱਚ। ਇਹ ਫਸਟ ਕੁਐਸਚਨ ਆ ਜਿਹੜਾ ਉਹ ਹੈ ਜੀ, ਹੂ ਵਾਜ਼ ਦੀ ਰਾਜ ਪ੍ਰਮੁੱਖ ਆਫ ਪੈਪਸੂ ਐਟ ਦੀ ਟਾਈਮ ਆਫ ਇਟਸ ਕ੍ਰੀਏਸ਼ਨ ਇਨ 1948। ਜਿਹੜਾ ਪਹਿਲਾ ਰਾਜ ਪ੍ਰਮੁੱਖ ਸੀਗਾ ਪੈਪਸੂ ਦਾ ਨਿਯੁਕਤ ਕੀਤਾ ਵਾ, ਉਹ ਕੌਣ ਸੀ? ਤਾਂ ਆਪਸ਼ਨ ਦੇਖ ਲਈਏ ਜੀ। ਫਸਟ ਆਪਸ਼ਨ ਆ ਯਾਦਵਿੰਦਰ ਸਿੰਘ, ਬੀ ਆਪਸ਼ਨ ਆ ਗਿਆਨ ਸਿੰਘ ਰਾਰੇਵਾਲ, ਸੀ ਆਪਸ਼ਨ ਆ ਭੁਪਿੰਦਰ ਸਿੰਘ, ਡੀ ਆਪਸ਼ਨ ਆ ਗਿਆਨੀ ਗੁਰਮੁਖ ਸਿੰਘ। ਇਹ ਸੋ ਪਹਿਲੀਆਂ ਦੇ ਵਿੱਚ ਆਪਾਂ ਡਿਸਕਸ਼ਨ ਕਰਦੇ ਹਾਂ ਪੈਪਸੂ। ਹਾਂਜੀ, ਜਿਹੜੀ ਇਹ ਪੈਪਸੂ ਆ, ਪੈਪਸੂ ਸਟੈਂਡਸ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ। ਅਤੇ ਇਹ ਜਿਹੜਾ ਪੈਪਸੂ ਆ, ਅੱਠ ਰਾਜਿਆਂ ਦਾ ਗਰੁੱਪ ਸੀਗਾ। ਇਹਦੇ ਵਿੱਚ ਅੱਠ ਜਿਹੜਾ ਰਾਜਿਆਂ ਦਾ ਗਰੁੱਪ ਸੀਗਾ, ਇਹਦੇ ਵਿੱਚ ਅੱਠ ਰਿਆਸਤਾਂ ਸਨ। ਪਹਿਲੀ ਰਿਆਸਤ ਫਰੀਦਕੋਟ, ਪਟਿਆਲਾ, ਨਾਭਾ, ਮਲੇਰਕੋਟਲਾ, ਜੀਂਦ, ਕਪੂਰਥਲਾ, ਨਾਲਾਗੜ੍ਹ ਅਤੇ ਕਲਸੀਆਂ। ਅਤੇ ਪੈਪਸੂ ਦੀ ਜਿਹੜੀ ਇਸਟੈਬਲਿਸ਼ਮੈਂਟ ਆ ਜਾਂ ਸਥਾਪਨਾ ਜਿਹੜੀ, ਉਹ 15 ਜੁਲਾਈ 1948 ਨੂੰ ਕੀਤੀ ਗਈ ਸੀ। ਅਤੇ ਇਹ ਜਿਹੜਾ ਰਾਜ ਪ੍ਰਮੁੱਖ ਆ, ਸ਼ਬਦ ਲਿਖਿਆ ਵਾ ਰਾਜ ਪ੍ਰਮੁੱਖ, ਇਹ ਰਾਜ ਪ੍ਰਮੁੱਖ ਆ ਜਿਹੜਾ, ਇਹ ਇੱਕ ਤਰ੍ਹਾਂ ਦਾ ਗਵਰਨਰ ਹੀ ਸੀ। ਸੋ ਜਿਹੜਾ 1948 ਦੇ ਵਿੱਚ ਪੈਪਸੂ ਦਾ ਰਾਜ ਪ੍ਰਮੁੱਖ ਨਿਯੁਕਤ ਕੀਤਾ ਸੀ, ਸਹੀ ਆਂਸਰ ਹੈਗਾ ਜੀ ਇਹਦਾ ਯਾਦਵਿੰਦਰ ਸਿੰਘ। ਨਾਲ ਹੀ ਇੱਕ ਉਪ ਰਾਜ ਪ੍ਰਮੁੱਖ ਨਿਯੁਕਤ ਕੀਤਾ ਸੀਗਾ, ਉਹਨਾਂ ਦਾ ਨਾਮ ਸੀਗਾ ਜਗਤ ਜੀਤ। ਸੋ ਇਸ ਤੋਂ ਬਾਅਦ ਜਿਹੜਾ ਪੈਪਸੂ ਦੀ ਆਪਾਂ ਹੋਰ ਗੱਲ ਕਰੀਏ ਤਾਂ ਪੈਪਸੂ ਦਾ ਜਿਹੜਾ ਫਸਟ CM ਆ, ਉਹ ਕੀਤਾ ਗਿਆ ਸੀਗਾ ਗਿਆਨ ਸਿੰਘ ਰਾਰੇਵਾਲ ਨੂੰ ਨਿਯੁਕਤ। ਜਿਹੜਾ ਪੈਪਸੂ ਦਾ ਫਸਟ CM ਆ, ਉਹ ਸੀਗੇ ਗਿਆਨ ਸਿੰਘ ਰਾਰੇਵਾਲ। ਇਹ ਇਸ ਤੋਂ ਬਾਅਦ ਭੁਪਿੰਦਰ ਸਿੰਘ ਜਿਹੜੇ ਸੀਗੇ, ਉਹ ਯਾਦਵਿੰਦਰ ਸਿੰਘ ਦੇ ਫਾਦਰ ਸੀ। ਤੋ ਜੋ ਡੀ ਆਪਸ਼ਨ ਆ, ਗਿਆਨੀ ਗੁਰਮੁਖ ਸਿੰਘ ਮੁਸਾਫਿਰ, ਉਹ ਜਿਹੜੇ ਸੀਗੇ ਉਹ ਫਸਟ ਨਿਊ ਪੰਜਾਬ CM ਸੀਗੇ ਆਪਣੇ, ਜਦੋਂ ਹਰਿਆਣੇ ਨੂੰ ਆਪਣੇ 'ਚੋਂ ਟ੍ਰਾਈਫੈਕਚਰ ਕੀਤਾ ਸੀਗਾ 1 ਨਵੰਬਰ 1966 ਨੂੰ। ਤਾਂ ਉਸ ਟਾਈਮ ਜਿਹੜੇ CM ਸੀਗੇ, ਉਹ ਮਤਲਬ ਕਿ ਗਿਆਨੀ ਗੁਰਮੁਖ ਸਿੰਘ ਮੁਸਾਫਿਰ ਸੀ। ਸੋ ਇਹਦੀ ਐਕਸਪਲੇਨੇਸ਼ਨ ਆਲਮੋਸਟ ਆਪਾਂ ਹੋਈ ਗਈ ਆ। ਅਤੇ ਜਿਹੜਾ ਇਹ ਪੈਪਸੂ ਦੀ ਇਸਟੈਬਲਿਸ਼ਮੈਂਟ ਆ, ਆਪਾਂ ਦੁਬਾਰਾ ਜੇ ਦੇਖ ਲਈਏ, ਪੈਪਸੂ ਦੀ ਜਿਹੜੀ ਇਸਟੈਬਲਿਸ਼ਮੈਂਟ ਆ, ਉਹ 15 ਜੁਲਾਈ 1948 ਨੂੰ ਜਿਹੜੀ ਆ ਕੀਤੀ ਗਈ ਸੀਗੀ। ਅਤੇ ਇਹਦੇ 'ਚ ਇਹ ਜਿਹੜਾ ਸਾਰਾ ਪੈਪਸੂ ਸੀਗਾ, ਇਹ ਅੱਠ ਰਾਜਿਆਂ ਦਾ ਗਰੁੱਪ ਸੀਗਾ, ਅਤੇ ਲਾਸਟ ਜਿਹੜਾ ਰਾਜਾ ਉਹ ਯਾਦਵਿੰਦਰ ਸੀਗਾ। ਤਾਂ ਜਿਹੜਾ ਰਾਜ ਪ੍ਰਮੁੱਖ ਉਹ ਵੀ ਯਾਦਵਿੰਦਰ ਸਿੰਘ ਹੀ ਸੀਗੇ। ਸੋ ਹੁਣ ਆਪਾਂ ਸੈਕਿੰਡ ਕੁਐਸਚਨ ਦੇਖਦੇ ਹਾਂ। ਇਨ ਵਿੱਚ ਈਅਰ ਪੈਪਸੂ ਵਾਜ਼ ਮਰਜਡ ਇਨਟੂ ਪੰਜਾਬ ਸਟੇਟ। ਪੈਪਸੂ ਜਿਹੜੀ ਸਟੇਟ ਆ, ਉਹਨੂੰ ਪੰਜਾਬ ਦੇ ਵਿੱਚ ਕਦੋਂ ਮਰਜ ਕੀਤਾ ਗਿਆ ਸੀ? ਇਹਦੇ 'ਚ ਤੁਹਾਨੂੰ 4 ਆਪਸ਼ਨਸ ਨੇ, 1956, 1966, 1971, 1975। ਸੋ ਇਹਦਾ ਰਾਈਟ ਆਂਸਰ ਆ ਜਿਹੜਾ, ਉਹ ਇਹ ਆਪਸ਼ਨ ਆ, 1956। ਇਹਨੂੰ ਮਰਜ 1 ਨਵੰਬਰ 1956 ਦੇ ਵਿੱਚ ਮਰਜ ਕੀਤਾ ਗਿਆ ਸੀਗਾ। ਅਤੇ ਇਹ ਜਿਹੜਾ ਪੈਪਸੂ ਆ, ਉਹ ਬਣਿਆ ਕਦੋਂ ਸੀਗਾ? ਉਹ ਲਾਸਟ ਕੁਐਸਚਨ ਦੇ ਵਿੱਚ ਵੀ ਤੁਹਾਨੂੰ ਦੱਸਿਆਂਗਾ, 15 ਜੁਲਾਈ 1948 ਦੇ ਵਿੱਚ ਜਿਹੜਾ ਪੈਪਸੂ ਆ ਉਹ ਬਣਿਆ ਸੀ। ਸੋ ਹੁਣ ਆਪਾਂ ਨੈਕਸਟ ਸਲਾਈਡ ਦੇ ਉੱਤੇ ਜਾਂਦੇ ਹਾਂ। ਇਹ ਜਿਹੜਾ ਥਰਡ ਕੁਐਸਚਨ ਆ, ਵਿੱਚ ਆਫ ਦੀ ਫੋਲੋਇੰਗ ਵਾਸ ਚੂਜ਼ਨ ਐਸ ਦੀ ਕੈਪੀਟਲ ਆਫ ਪੈਪਸੂ ਔਨ 20 ਅਗਸਤ 1948।
ਜਿਹੜੀ ਪੈਪਸੂ ਦੀ ਕੈਪੀਟਲ ਆ, ਜਦੋਂ ਰਾਜ ਪ੍ਰਮੁੱਖ ਜਿਹੜਾ ਉਹਨਾਂ ਨੇ ਕੀਤਾ ਸੀਗਾ, ਮਤਲਬ ਕਿ ਰਾਜ ਪ੍ਰਮੁੱਖ ਜਦੋਂ ਲਾਇਆ ਸੀ ਤਾਂ ਉਸ ਤੋਂ ਬਾਅਦ ਇਹਨਾਂ ਨੇ ਪੈਪਸੂ ਸਟੇਟ ਦੀ ਇੱਕ ਕੈਪੀਟਲ ਵੀ ਮਤਲਬ ਕਿ ਕੀਤੀ ਸੀ ਅਨਾਊਂਸ। ਉਹ ਤੁਹਾਡੇ ਕੋਲ ਆਪਸ਼ਨਸ ਨੇ ਇਹ ਪਟਿਆਲਾ, ਫਰੀਦਕੋਟ, ਨਾਭਾ ਅਤੇ ਨਾਲਾਗੜ੍ਹ। ਇਹਨਾਂ ਦੇ ਵਿੱਚੋਂ ਜਿਹੜੀ ਉਸ ਟਾਈਮ ਦੀ ਕੈਪੀਟਲ ਆ ਉਹ ਇਹਨਾਂ ਨੇ ਪਟਿਆਲੇ ਨੂੰ ਹੀ ਬਣਾਇਆ ਸੀਗਾ। ਸੋ ਪੈਪਸੂ ਦੀ ਜਿਹੜੀ ਕੈਪੀਟਲ ਸੀਗੀ ਉਹ ਪਟਿਆਲਾ ਹੀ ਸੀਗੀ। ਨੈਕਸਟ ਆਪਾਂ ਦੇਖ ਲੈਂਦੇ ਹਾਂ ਕੁਸ਼ਚਨ ਵੀ ਟੋਟਲ ਨੰਬਰ ਆਫ ਸੀਟਸ ਆਫ ਪੰਜਾਬ ਇਨ ਲੋਕ ਸਭਾ। ਲੋਕ ਸਭਾ ਦੇ ਵਿੱਚ ਜਿਹੜੀਆਂ ਪੰਜਾਬ ਦੀਆਂ ਕਿੰਨੀਆਂ ਸੀਟਾਂ ਨੇ? ਫਸਟ ਆਪਸ਼ਨ ਜਿਹੜੀ 7, ਬੀ ਆਪਸ਼ਨ ਆ ਜਿਹੜੀ ਉਹ 10, ਸੀ ਆਪਸ਼ਨ 13, ਡੀ ਆਪਸ਼ਨ ਜਿਹੜੀ ਆ ਉਹ 15। ਅਤੇ ਸੋ ਇਸਦਾ ਜਿਹੜਾ ਰਾਈਟ ਆਨਸਰ ਆ ਉਹ ਸੀ ਆਪਸ਼ਨ ਆ, 13 ਸੀਟਾਂ ਜਿਹੜੀਆਂ ਨੇ ਉਹ ਲੋਕ ਸਭਾ ਦੀਆਂ ਨੇ। ਇਹ ਜੇ ਆਪਾਂ ਅਗਰ ਆਪਾਂ ਰਾਜ ਸਭਾ ਦੀ ਗੱਲ ਕਰੀਏ, ਰਾਜ ਸਭਾ ਦੇ ਵਿੱਚ 7 ਸੀਟਸ ਨੇ। ਜੇ ਆਪਾਂ ਲੈਜਿਸਲੇਟਿਵ ਅਸੈਂਬਲੀ ਮਤਲਬ ਕਿ ਆਪਾਂ MLA ਦੀ ਗੱਲ ਕਰ ਲਈਏ ਤਾਂ ਉਸ ਦੇ ਵਿੱਚ 117 ਜਿਹੜੀਆਂ ਸੀਟਸ ਨੇ। ਵੈਸੇ ਇਹ ਤਾਂ ਬੇਸਿਕ ਇਨਫੋਰਮੇਸ਼ਨ ਹੈ, ਤਾਂ ਆਲਮੋਸਟ ਸਭ ਨੂੰ ਹੀ ਪਤਾ ਹੁੰਦੀ ਆ। ਅਤੇ ਆਪਾਂ ਹੋਰ ਨਾਲ ਇਹਦੇ ਡਿਸਕਸ਼ਨ ਕਰਦੇ ਹਾਂ। ਇਹਦੇ ਵਿੱਚ ਕਿਸੇ ਨੂੰ ਪਤਾ ਹੈ ਕਿ ਜਿਹੜੀਆਂ ਆਪਣੀਆਂ 13 ਸੀਟਸ ਨੇ ਲੋਕ ਸਭਾ ਦੀਆਂ, ਇਹਦੇ ਵਿੱਚ ਉਹ ਰਿਜ਼ਰਵ ਕਿੰਨੀਆਂ ਨੇ? ਲੋਕ ਸਭਾ ਦੀਆਂ ਜਿਹੜੀਆਂ 13 ਸੀਟਸ ਨੇ ਇਹਦੇ 'ਚ ਰਿਜ਼ਰਵ ਕਿੰਨੀਆਂ ਨੇ? ਸੋ ਇਹਦਾ ਜਿਹੜਾ ਆਨਸਰ ਆ ਉਹ 4, ਜਿਹੜੀਆਂ ਕਿ ਸ਼ਡਿਊਲ ਕਾਸਟ ਦੀਆਂ ਬਿਲਕੁਲ ਰਿਜ਼ਰਵ ਸੀਟਸ ਨੇ। ਇਹ ਜੇ ਆਪਾਂ ਅਗਰ ਆਪਾਂ MLA ਦੀ ਗੱਲ ਕਰ ਲਈਏ ਤਾਂ MLA ਦੇ ਵਿੱਚ ਕਿੰਨੀਆਂ ਰਿਜ਼ਰਵ ਸੀਟਸ ਨੇ, ਕੋਈ ਦੱਸ ਸਕਦਾ? ਇੱਕ ਯਾਦਵਿੰਦਰ ਦਾ ਆ ਰਿਹਾ ਹੈ ਰਿਪਲਾਈ। ਵੈਰੀ ਗੁੱਡ ਰਾਜਵਿੰਦਰ ਜੀ। ਮੋਨਿਕਾ ਜੀ, ਆਲ ਰਾਈਟ ਆਲ ਰਾਈਟ। ਇੱਕ ਤੁਸੀਂ ਨਾ ਮੈਨੂੰ ਔਨਲਾਈਨ ਨਹੀਂ ਸ਼ੋ ਜਿਹੜਾ ਉਹ ਹੋ ਰਹੇ। ਚਲੋ MLA ਦੀ ਆਪਾਂ ਰਿਜ਼ਰਵੇਸ਼ਨ ਦੀ ਗੱਲ ਕਰੀਏ ਤਾਂ MLA ਦੇ ਵਿੱਚ ਜਿਹੜੀਆਂ ਰਿਜ਼ਰਵੇਸ਼ਨ ਦੀਆਂ ਸੀਟਸ ਉਹ ਕਿੰਨੀਆਂ ਰਿਜ਼ਰਵ ਨੇ? ਤਾਂ ਰਾਈਟ ਆਨਸਰ ਆ ਜਿਹੜਾ ਉਹ 117 'ਚੋਂ ਜਿਹੜੀਆਂ 34 ਰਿਜ਼ਰਵ ਸੀਟਸ ਨੇ। ਇਸ ਤੋਂ ਬਾਅਦ ਜੇ ਆਪਾਂ ਰਾਜ ਸਭਾ ਦੀ ਗੱਲ ਕਰੀਏ ਤਾਂ ਰਾਜ ਸਭਾ ਦੀਆਂ ਜਿਹੜੀਆਂ ਟੋਟਲ ਸੀਟਸ ਨੇ ਉਹ ਹੈ 7। ਟੋਟਲ ਰਾਜ ਸਭਾ ਦੀਆਂ 7 ਸੀਟਸ। ਤਾਂ ਇਹਦੇ 'ਚ ਜੇ ਆਪਾਂ ਗੱਲ ਕਰੀਏ ਤਾਂ ਇਹਦੇ 'ਚ ਜਿਹੜੀ ਰਿਜ਼ਰਵੇਸ਼ਨ ਕਿੰਨੀਆਂ ਹੁੰਦੀਆਂ ਕੋਈ ਦੱਸ ਸਕਦਾ? ਮੈਨੂੰ ਲੱਗਦਾ ਕੋਈ ਔਨਲਾਈਨ ਸ਼ਾਇਦ ਮੇ ਬੀ ਪ੍ਰੋਬਲਮ ਹੈ। ਹਾਂ, ਨਹੀਂ ਆ ਨਹੀਂ ਰਹੇ। ਸੋ ਰਾਜ ਸਭਾ ਦੇ ਵਿੱਚ ਜਿਹੜੀ ਆ ਉਹ ਬਿਲਕੁਲ ਵੀ ਨੋ ਰਿਜ਼ਰਵੇਸ਼ਨ, ਇਹਦੇ 'ਚ ਕੋਈ ਵੀ ਰਿਜ਼ਰਵੇਸ਼ਨ ਬਿਲਕੁਲ ਨਹੀਂ ਹੁੰਦੀ। ਸੋ ਆਪਾਂ ਆਲ ਇੰਡੀਆ ਦੀ ਵੀ ਜੇ ਆਪਾਂ ਗੱਲ ਕਰੀਏ ਰਾਜ ਸਭਾ ਦੇ ਵਿੱਚ, ਉਹਦੇ ਵਿੱਚ ਵੀ ਬਿਲਕੁਲ ਨੋ ਰਿਜ਼ਰਵੇਸ਼ਨ ਆ। ਜਿਹੜੀਆਂ ਰਾਜ ਸਭਾ ਦੀਆਂ ਮਤਲਬ ਕਿ ਸੀਟਸ ਨੇ 245, ਮਤਲਬ ਕਿ ਉਹਦੇ 'ਚ ਕੋਈ ਵੀ ਜਿਹੜੀ ਹੈਗੀ ਹੈ ਰਿਜ਼ਰਵੇਸ਼ਨ ਕਿਸੇ ਵੀ ਤਰ੍ਹਾਂ ਦਾ ਪ੍ਰੋਵੀਜ਼ਨ ਆ ਜਿਹੜੀ ਉਹ ਬਿਲਕੁਲ ਵੀ ਨਹੀਂ ਰੱਖੀ ਗਈ। ਅਤੇ ਸੋ ਆਪਾਂ ਨੈਕਸਟ ਕੁਸ਼ਚਨ ਦੇ ਉੱਤੇ ਮੂਵ ਹੁੰਦੇ ਹਾਂ। ਓਲਡੈਸਟ ਨੇਮ ਆਫ ਪੰਜਾਬ, ਪੰਜਾਬ ਦਾ ਜਿਹੜਾ ਓਲਡੈਸਟ ਨੇਮ ਆ ਉਹ ਕੀ ਸੀ? ਇਹ ਵੈਸੇ ਬੇਸਿਕ ਕੁਸ਼ਚਨ ਹੀ ਆ, ਤੁਹਾਨੂੰ ਪੰਜਾਬ ਦੇ ਆਲਮੋਸਟ ਜਿਵੇਂ ਪਟਵਾਰੀ ਦੇ ਵਿੱਚ ਵੀ ਪਿੱਛੇ ਪੁੱਛਿਆ ਗਿਆ ਸੀਗਾ ਜਾਂ ਉਸ ਤੋਂ ਪਹਿਲਾਂ ਹੋਰ ਪੇਪਰ ਹੋਏ ਨੇ, PSSB ਕੰਡਕਟ ਕਰਾਉਂਦੀ ਆ ਜਾਂ ਕੋਈ ਵੀ ਹੈ, ਉਹਦੇ 'ਚ ਇਹੋ ਜਿਹੇ ਬੇਸਿਕ ਜਿਹੜੇ ਕੁਸ਼ਚਨ ਆ ਉਹ ਪੁੱਛੇ ਜਾਂਦੇ ਨੇ। ਸੋ ਜੋ ਇਸਦਾ ਰਾਈਟ ਆਨਸਰ ਹੈ ਉਹ ਹੈ ਜੀ ਸਪਤ ਸਿੱਧੂ। ਸੋ ਰਾਈਟ ਆਨਸਰ ਇਜ਼ ਸਪਤ ਸਿੰਧੂ। ਨੈਕਸਟ ਕੁਸ਼ਚਨ ਵੱਲ ਆਪਾਂ ਮੂਵ ਹੁੰਦੇ ਹਾਂ ਜੀ। ਵਿਚ ਵਨ ਅਮੰਗਸਟ ਦੀ ਫੋਲਿੰਗ ਚੀਫ ਮਿਨਿਸਟਰ ਆਫ ਪੰਜਾਬ ਡਾਈਡ ਇਨ ਏਅਰ ਕਰੈਸ਼?
ਪੰਜਾਬ ਦੇ ਕਿਹੜੇ ਸੀਐਮ ਸੀ ਜੋ ਮਤਲਬ ਕਿ ਏਅਰ ਕ੍ਰੈਸ਼ ਦੇ ਵਿੱਚ ਜਿਨ੍ਹਾਂ ਦੀ ਡੈਥ ਆ ਉਹ ਹੋ ਗਈ ਸੀ। ਸੋ ਆਪਸ਼ਨਸ ਤੁਹਾਡੇ ਅੱਗੇ ਨੇ, ਜਸਟਿਸ ਗੁਰਨਾਮ ਸਿੰਘ, ਬੀ ਆਪਸ਼ਨ ਇਜ਼ ਪ੍ਰਤਾਪ ਸਿੰਘ ਕੈਰੋਂ, ਸੀ ਆਪਸ਼ਨ ਇਜ਼ ਗਿਆਨੀ ਗੁਰਮੁਖ ਸਿੰਘ, ਡੀ ਆਪਸ਼ਨ ਇਜ਼ ਲਛਮਣ ਸਿੰਘ। ਸੋ ਜਿਹੜਾ ਇਹਦੇ 'ਚ ਮੈਨੂੰ ਲੱਗਦਾ ਇਹ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਣਾ, ਜਿਹੜਾ ਇਹਦਾ ਰਾਈਟ ਆਂਸਰ ਆ ਉਹ ਇਹਦਾ ਰਾਈਟ ਆਂਸਰ ਹੈ ਜੀ ਏ ਆਪਸ਼ਨ, ਜਸਟਿਸ ਗੁਰਨਾਮ ਸਿੰਘ। ਜਸਟਿਸ ਗੁਰਨਾਮ ਸਿੰਘ ਕਾਫੀ ਫੇਮਸ ਵੀ ਨੇ। ਇਹ ਜਿਹੜੇ ਜਸਟਿਸ ਗੁਰਨਾਮ ਸਿੰਘ ਨੇ, ਇਸ ਇਹ ਜਿਹੜਾ ਸਭ ਤੋਂ ਫਸਟ ਦੇ ਵਿੱਚ ਇਹਨਾਂ ਦਾ ਮਤਲਬ ਕਿ ਹੈ ਪੁਆਇੰਟ, ਇਹ ਫਸਟ ਨੌਨ ਕਾਂਗਰਸ ਜਿਹੜੇ ਲੀਡਰ ਨੇ, ਜਿਹੜਾ ਜਸਟਿਸ ਗੁਰਨਾਮ ਸਿੰਘ ਨੇ, ਇਹ ਫਸਟ ਨੌਨ ਕਾਂਗਰਸ ਚੀਫ ਮਿਨਿਸਟਰ ਨੇ। ਮਤਲਬ ਕਿ ਜੇ ਆਪਾਂ ਦੂਸਰੇ ਪਾਸੇ ਤੋਂ ਗੱਲ ਕਰੀਏ ਤਾਂ ਇਹ ਫਸਟ ਜਿਹੜੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜੇ ਮਤਲਬ ਸੀਐਮ ਉਹ ਜਸਟਿਸ ਗੁਰਨਾਮ ਸਿੰਘ ਸੀਗੇ। ਅਤੇ ਇਹ ਜਿਹੜਾ ਫਸਟ ਟਾਈਮ ਮਤਲਬ ਕਿ ਜਸਟਿਸ ਗੁਰਨਾਮ ਸਿੰਘ 1967 ਦੇ ਵਿੱਚ ਇਹ ਸੀਐਮ ਬਣੇ ਸੀਗੇ। ਸੋ ਇਹਨਾਂ ਦੇ ਟਾਈਮ ਦੇ ਵਿੱਚ ਬਹੁਤ ਕੁਝ ਹੋਇਆ। ਸਭ ਤੋਂ ਜਿਹੜੀ ਇੰਪੋਰਟੈਂਟ ਗੱਲ ਆ ਉਹ ਇਹਨਾਂ ਦੇ ਟਾਈਮ ਦੇ ਵਿੱਚ ਇਹ ਆ ਕਿ ਗ੍ਰੀਨ ਰੈਵੋਲਿਊਸ਼ਨ ਵੀ ਆ ਉਹ ਵੀ ਇਹਨਾਂ ਦੇ ਸਮੇਂ ਦੇ ਦੌਰਾਨ ਆ ਜਿਹੜਾ ਇੰਟਰੋਡਿਊਸ ਕੀਤਾ ਗਿਆ ਗਾ। ਸੋ ਜਸਟਿਸ ਗੁਰਨਾਮ ਸਿੰਘ ਦੇ ਟਾਈਮ ਦੇ ਉੱਤੇ ਮਤਲਬ ਕਾਫੀ ਗੱਲਾਂ ਨੇ ਜੋ ਇਹਦੇ ਵਿੱਚ ਨੇ, ਮਤਲਬ ਗ੍ਰੀਨ ਰੈਵੋਲਿਊਸ਼ਨ ਇੰਟਰੋਡਿਊਸ ਆ ਜਿਹੜਾ ਉਹ ਵੀ ਇਹਨਾਂ ਦੇ ਡਿਊਰਿੰਗ ਪੀਰੀਅਡਸ ਦੇ ਵਿੱਚ ਹੀ ਹੋਇਆ, ਮਤਲਬ ਕਿ ਜਿਹੜਾ ਇੰਟਰੋਡਿਊਸ ਆ ਉਹ ਹੋਇਆ ਗਾ। ਸੋ ਸੈਕਿੰਡ ਆਪਸ਼ਨ ਆ ਜਿਹੜੀ ਪ੍ਰਤਾਪ ਸਿੰਘ ਕੈਰੋਂ, ਇਹ ਪ੍ਰਤਾਪ ਸਿੰਘ ਕੈਰੋਂ ਵੀ ਆਪਣੇ ਮਤਲਬ ਕਿ ਜੇ ਲਾ ਲਈਏ ਤਾਂ ਇਹ ਫਸਟ ਸੀਐਮ ਨੇ ਜਿਨ੍ਹਾਂ ਨੇ ਮਤਲਬ ਕਿ ਆਪਣੇ ਕੰਪਲੀਟ ਕੀਤੇ ਸੀਗੇ 5 ਈਅਰ ਸਕਸੈਸਫੁਲ। ਸੋ ਇਹਨਾਂ ਨੂੰ ਆਪਾਂ ਜਿਵੇਂ ਫਸਟ ਜਿਹੜੇ ਆ ਇਹ ਸੀਐਮ ਸੀਗੇ, ਫਸਟ ਸੀਐਮ ਹੂ ਕੰਪਲੀਟਡ 5 ਈਅਰ, ਜਿਨ੍ਹਾਂ ਨੇ ਆਪਣਾ 5 ਈਅਰ ਟਾਈਮ ਆ ਉਹ ਸਕਸੈਸਫੁਲ ਜਿਹੜਾ ਕੰਪਲੀਟ ਕੀਤਾ ਸੀ। ਸੋ ਆਪਾਂ ਗਿਆਨੀ ਗੁਰਮੁਖ ਸਿੰਘ ਜੀ ਦੀ ਗੱਲ ਕਰ ਲਈਏ ਤਾਂ ਗਿਆਨੀ ਗੁਰਮੁਖ ਸਿੰਘ ਜੀ ਦਾ ਜਿਵੇਂ ਆਪ ਨੂੰ ਪਤਾ ਹੀ ਹੈ ਕਿ ਉਹ ਜਿਹੜੇ ਫਸਟ ਜਿਹੜੇ ਆਪਣੇ ਨਿਊ ਪੰਜਾਬ ਸੀਐਮ ਮਤਲਬ ਕਿ ਗੁਰਮੁਖ ਸਿੰਘ ਸੀਗੇ, 1 ਨਵੰਬਰ 1966 ਦੇ ਵਿੱਚ ਜਦੋਂ ਹਰਿਆਣੇ ਨੂੰ ਆਪਣੇ ਪੰਜਾਬ ਦੇ ਨਾਲੋਂ ਟ੍ਰਾਈਫੈਕਚਰ ਕੀਤਾ ਗਿਆ ਸੀਗਾ, ਤਾਂ ਉਸ ਦਰਮਿਆਨ ਜਿਹੜੇ ਸੀਐਮ ਸੀਗੇ ਉਹਨਾਂ ਦਾ ਨੇਮ ਸੀ ਗਿਆਨੀ ਗੁਰਮੁਖ ਸਿੰਘ। ਸੋ ਇਹਦਾ ਜਿਹੜਾ ਰਾਈਟ ਆਂਸਰ ਆ ਉਹ ਹੈ ਜਸਟਿਸ ਗੁਰਨਾਮ ਸਿੰਘ। ਅਤੇ ਗੁਰਨਾਮ ਸਿੰਘ ਤੁਹਾਨੂੰ ਦੱਸ ਹੀ ਦਿੱਤਾ ਕਿ ਫਸਟ ਜਿਹੜਾ ਨੌਨ ਕਾਂਗਰਸ ਨੇ, ਇੱਕ ਵਾਰ ਰਿਵੀਜ਼ਨ ਫਿਰ ਕਰ ਲਓ, ਫਸਟ ਨੌਨ ਕਾਂਗਰਸ ਜਿਹੜੇ ਸੀਐਮ ਸੀਗੇ। ਸੈਕਿੰਡ ਇਹਨਾਂ ਦਾ ਇਹ ਪੁਆਇੰਟ ਆ ਕਿ ਇਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਫਸਟ ਜਿਹੜੇ ਸੀਐਮ ਸੀਗੇ। ਥਰਡ ਇਹਨਾਂ ਦੇ ਟਾਈਮ ਮਤਲਬ ਕਿ ਥਰਡ ਇਹਨਾਂ ਦਾ ਜਦੋਂ ਸੀਐਮ ਦਾ ਟਨਿਓਰ ਸੀ ਤਾਂ ਉਦੋਂ ਸਭ ਤੋਂ ਜ਼ਿਆਦਾ ਗ੍ਰੀਨ ਰੈਵੋਲਿਊਸ਼ਨ ਆ ਜਿਹੜੀ ਉਹ ਵੀ ਇਹਨਾਂ ਦੇ ਡਿਊਰਿੰਗ ਟਾਈਮ ਦੇ ਵਿੱਚ ਹੀ ਇੰਟਰੋਡਿਊਸ ਜਿਹੜੀ ਉਹ ਕੀਤੀ ਗਈ ਸੀ। ਸੋ ਪ੍ਰਤਾਪ ਸਿੰਘ ਕੈਰੋਂ ਜਿਹੜੇ ਸੀਗੇ ਉਹ ਫਸਟ ਸੀਐਮ ਸੀਗੇ ਜਿਨ੍ਹਾਂ ਨੇ 5 ਈਅਰ ਕੰਪਲੀਟ ਆਪਣੇ ਕੀਤੇ ਸੀਗੇ ਸਕਸੈਸਫੁਲ। ਅਤੇ ਫਸਟ ਜਿਹੜੇ ਸਿੱਖ ਆ ਉਹ ਵੀ ਪ੍ਰਤਾਪ ਸਿੰਘ ਕੈਰੋਂ ਹੀ ਸੀਗੇ ਇਹਨਾਂ ਦਾ। ਅਤੇ ਸੋ ਜਿਹੜੇ ਹੈਗੇ ਨੇ ਗੁਰਮੁਖ ਗਿਆਨੀ ਗੁਰਮੁਖ ਸਿੰਘ ਜੀ ਦੀ ਗੱਲ ਕਰ ਲਈਏ ਤਾਂ ਇਹ ਜਿਹੜੇ ਆਪਣੇ ਫਸਟ ਨਿਊ ਪੰਜਾਬ ਦੇ, ਜਾਂ ਜਿਹੜਾ ਟੂਡੇ ਪੰਜਾਬ ਵੀ ਇਹਨਾਂ ਨੂੰ ਮਤਲਬ ਕਿ ਕਈ ਕੁਸ਼ਚਨਾਂ ਦੇ ਵਿੱਚ ਟੂਡੇ ਪੰਜਾਬ ਕਰਕੇ ਵੀ ਕੁਸ਼ਚਨ ਆ ਜਾਂਦਾ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ ਨੇ। ਸੋ ਗਿਆਨੀ ਗੁਰਮੁਖ ਸਿੰਘ ਸੀਗੇ ਜਦੋਂ ਆਪਣਾ 1966 ਦੇ ਵਿੱਚ ਟ੍ਰਾਈਫੈਕਚਰ ਕੀਤਾ ਸੀ ਹਰਿਆਣੇ ਤੋਂ ਬਾਅਦ, ਤਾਂ ਉਸ ਤੋਂ ਬਾਅਦ ਜਿਹੜੇ ਸੀਐਮ ਸੀਗੇ ਉਹ ਗਿਆਨੀ ਗੁਰਮੁਖ ਸਿੰਘ ਸੀਗੇ। ਸੋ ਆਪਾਂ ਨੈਕਸਟ ਜਿਹੜੀ ਆ ਗੱਲ ਕਰ ਲਈਏ ਤਾਂ ਇਹ ਸਿੱਖ ਅੰਪਾਇਰ ਦੇ ਉੱਤੇ ਜਿਹੜਾ ਕੁਐਸਚਨ ਆ ਗਿਆ, ਸਿੱਖ ਅੰਪਾਇਰ ਦੇ ਉੱਤੇ ਜਿਹੜਾ ਇਹ ਕੁਐਸਚਨ ਆ, ਇਹ ਵੀ ਤੁਹਾਨੂੰ ਆਲਮੋਸਟ ਸਾਰੇ ਹੀ ਐਗਜ਼ਾਮ ਦੇ ਵਿੱਚ ਮਿਲੇਗਾ ਕੁਐਸਚਨ। ਕੁਐਸਚਨ ਕੀ ਹੈ ਜੀ, ਵਟ ਵਾਜ ਦੀ ਨੇਮ ਆਫ ਮਹਾਰਾਜਾ ਰਣਜੀਤ ਸਿੰਘ ਗਵਰਨਮੈਂਟ।
ਸੋ ਇੱਕ ਮਾਫ਼ ਰੱਖ ਕੇ ਵੀ ਜਿਹੜਾ ਕੁਐਸਚਨ ਆ ਪੁੱਛਿਆ ਜਾ ਸਕਦਾ ਵੀ ਜਿਹੜੇ ਮਤਲਬ ਵਟ ਵਾਜ਼ ਦੀ ਨੇਮ ਆਫ ਸਿੱਖ ਅੰਪਾਇਰ ਦੇ ਟਾਈਮ ਦੇ ਉੱਤੇ ਜਿਹੜੀ ਆ ਉਹ ਗਵਰਨਮੈਂਟ ਹੁੰਦੀ ਸੀ, ਤਾਂ ਉਸਨੂੰ ਕਿਸ ਨੇਮ ਦੇ ਨਾਲ ਆ ਜਿਹੜਾ ਬੁਲਾਇਆ ਜਾਂਦਾ ਸੀ। ਸੋ ਆਪਾਂ ਜੇ ਆਪਸ਼ਨਸ ਦੇਖ ਲਈਏ ਤਾਂ ਇਹ ਆਪਸ਼ਨ ਦਲ ਏ ਖਾਲਸਾ, ਬੀ ਆਪਸ਼ਨ ਸਰਕਾਰ ਏ ਲਾਹੌਰ, ਸੀ ਆਪਸ਼ਨ ਸਰਕਾਰ ਏ ਪੰਜਾਬ, ਡੀ ਆਪਸ਼ਨ ਸਰਕਾਰ ਏ ਖਾਲਸਾ। ਅਗਰ ਆਪਾਂ ਇਹਨਾਂ ਦੀ ਗੱਲ ਕਰ ਲਈਏ ਤਾਂ ਆਪ ਨੂੰ ਜੇ ਆਂਸਰ ਵਾਈਜ਼ ਦੇਖੀਏ ਤਾਂ ਆਪ ਨੂੰ ਇਵੇਂ ਲੱਗਦਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਇਹ ਅੰਪਾਇਰ ਸੀਗਾ ਉਹ ਜ਼ਿਆਦਾ ਲਾਹੌਰ ਦੇ ਵਿੱਚ ਹੀ ਸੀ, ਜਿਹੜਾ ਉਹਨਾਂ ਨੇ ਕੈਪੀਟਲ ਜਿਹੜੀ ਆ ਉਹ ਲਾਹੌਰ ਨੂੰ ਹੀ ਬਣਾਇਆ ਸੀ। ਸੋ ਆਪ ਨੂੰ ਜਿਹੜਾ ਆਂਸਰ ਆ ਇਹਦਾ ਸਰਕਾਰ ਏ ਲਾਹੌਰ ਹੀ ਲੱਗਦਾ ਹੁੰਦਾ। ਸੋ ਇਹਦਾ ਜਿਹੜਾ ਸਰਕਾਰ ਏ ਲਾਹੌਰ ਇਹ ਨਹੀਂ ਗਾ, ਇਹਦਾ ਜੋ ਰਾਈਟ ਆਂਸਰ ਹੈ ਉਹ ਹੈਗਾ ਗਾ ਸਰਕਾਰ ਏ ਖਾਲਸਾ। ਸੋ ਇਹਦਾ ਰਾਈਟ ਆਂਸਰ ਇਜ਼ ਸਰਕਾਰ ਇਹ ਪੰਜਾਬ, ਸੋਰੀ ਇਸਦਾ ਜਿਹੜਾ ਆਂਸਰ ਆ ਉਹ ਸੀ ਆਪਸ਼ਨ ਹੈ, ਸਰਕਾਰ ਏ ਪੰਜਾਬ। ਖਾਲਸਾ ਦੇ ਉੱਤੇ ਹੋ ਗਈ ਸੀ ਸਰਕਾਰ ਏ ਪੰਜਾਬ, ਕਿਉਂ ਕਰਕੇ ਜਿਹੜਾ ਸਪੋਕਸਮੈਨ ਨਿਊਜ਼ ਪੇਪਰ ਆ ਉਹਦੇ 'ਤੇ ਉੱਪਰ ਵੀ ਮਤਲਬ ਕਿ ਜਿਵੇਂ ਟਾਈਟਲ ਆ ਜਿਹੜਾ ਆਉਂਦਾ ਜਾਂਦਾ ਹੈ ਸਰਕਾਰ ਏ ਪੰਜਾਬ ਕਰਕੇ। ਸੋ ਰਾਈਟ ਆਂਸਰ ਇਜ਼ ਸਰਕਾਰ ਏ ਪੰਜਾਬ। ਇਹ ਇਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਦੀ ਅਗਰ ਗੱਲ ਕਰ ਲਈਏ ਤਾਂ ਹੂ ਵਾਜ਼ ਦੀ ਫਸਟ CM ਆਫ ਪੰਜਾਬ, ਪੰਜਾਬ ਦੇ ਜਿਹੜੇ ਪਹਿਲੇ CM ਆ ਉਹ ਕੌਣ ਸੀ। ਸੋ ਇਹ ਵੀ ਬੜਾ ਕਨਫਿਊਜ਼ਨ ਵਾਲਾ ਹੈ, ਇਹਦੇ ਜਿਹੜੇ ਆਪਸ਼ਨਸ ਨੇ ਭੀਮ ਸਿੰਘ ਸੰਚਰ, ਬੀ ਆਪਸ਼ਨ ਇਜ਼ ਗੋਪੀ ਚੰਦ ਭਾਰਗਵ, ਸੀ ਆਪਸ਼ਨ ਇਜ਼ ਪ੍ਰਕਾਸ਼ ਸਿੰਘ ਬਾਦਲ, ਐਂਡ ਡੀ ਇਜ਼ ਗਿਆਨੀ ਜੈਲ ਸਿੰਘ। ਸੋ ਇਹਦਾ ਜੇ ਆਪਾਂ ਰਾਈਟ ਆਂਸਰ ਆ ਆਫਟਰ ਇੰਡੀਪੈਂਡੈਂਸ ਮਤਲਬ ਕਿ ਤਾਂ ਜਿਹੜੇ ਪੰਜਾਬ ਦੇ CM ਸੀਗੇ ਉਹ ਰਾਈਟ ਆਂਸਰ ਇਜ਼ ਗੋਪੀ ਚੰਦ ਭਾਰਗਵ। ਜਿਹੜੇ ਬੀਪ ਸਿੰਘ ਸੰਚਰ ਨੇ ਇਹ ਆਪਣੇ ਸੈਕਿੰਡ CM ਸੀ, ਭੀਮ ਸਿੰਘ ਸੰਚਰ ਉਹ ਸੈਕਿੰਡ CM ਸੀ। ਸੋ ਬੀ ਜਿਹੜਾ ਆਪਸ਼ਨ ਆ ਗੋਪੀ ਚੰਦ ਭਾਰਗਵ ਉਹ ਆਪਣੇ ਫਸਟ CM ਸੀਗੇ, ਅਤੇ ਪ੍ਰਕਾਸ਼ ਸਿੰਘ ਬਾਦਲ ਦਾ ਤਾਂ ਆਪ ਨੂੰ ਪਤਾ ਹੀ ਹੈ ਕਿ ਸਭ ਤੋਂ ਜ਼ਿਆਦਾ ਟਾਈਮ ਜਿਹੜਾ CM ਦੀ ਟਨਿਊਰ ਆ ਪੰਜਾਬ ਦੇ ਵਿੱਚ ਉਹ ਪ੍ਰਕਾਸ਼ ਸਿੰਘ ਬਾਦਲ ਹੀ ਰਹੇ ਨੇ, ਮਤਲਬ ਇਹ ਮੈਕਸੀਮਮ ਟਾਈਮ ਮੈਕਸ ਪੀਰੀਅਡ ਆ ਜਿਹੜਾ CM ਦਾ ਪ੍ਰਕਾਸ਼ ਸਿੰਘ ਬਾਦਲ ਸੀ। ਸੋ ਨੈਕਸਟ ਜਿਹੜਾ ਕੁਐਸਚਨ ਆ ਉਹ ਹੈ ਜੀ ਹੂ ਵਾਜ਼ ਦੀ ਫਸਟ ਸਪੀਕਰ ਆਫ ਪੰਜਾਬ ਵਿਧਾਨ ਸਭਾ, ਜਿਹੜੇ ਪੰਜਾਬ ਵਿਧਾਨ ਸਭਾ ਦੇ ਜਿਹੜੇ ਸਪੀਕਰ ਨੇ ਉਹ ਫਸਟ ਆ ਉਹ ਕੌਣ ਸੀ। ਇਹਦੇ ਵਿੱਚ ਵੀ ਮਤਲਬ ਕਿ ਆਪਸ਼ਨ ਜੇ ਆਪਾਂ ਕਰ ਲਈਏ ਤਾਂ ਕਪੂਰ ਸਿੰਘ ਏ ਆਪਸ਼ਨ, ਬੀ ਆਪਸ਼ਨ ਆ ਜਿਹੜੀ ਮਾਸਟਰ ਤਾਰਾ ਸਿੰਘ ਆ, ਸੀ ਆਪਸ਼ਨ ਇਜ਼ ਗੋਪੀ ਚੰਦ ਭਾਰਗਵ ਆ, ਡੀ ਆਪਸ਼ਨ ਆ ਜਿਹੜੀ ਗੁਰਦਿਆਲ ਸਿੰਘ ਢਿੱਲੋਂ ਆ। ਸੋ ਆਪਾਂ ਗੋਪੀ ਚੰਦ ਭਾਰਗਵ ਜੀ ਬਾਰੇ ਤਾਂ ਉੱਪਰ ਪਹਿਲੇ ਕੁਐਸਚਨ ਦੇ ਵਿੱਚ ਦੇਖ ਹੀ ਰਿਹਾ ਕਿ ਇਹ ਆਪਣੇ ਜਿਹੜੇ ਆ ਫਸਟ CM ਆਫ ਪੰਜਾਬ ਸੀ। ਸੈਕਿੰਡ ਵੀ ਆਪਾਂ ਦੇਖ ਲਿਆ ਕਿ ਇਸ ਤੋਂ ਪਿਛਲੇ ਆਪਾਂ ਰਿਵਰਸ ਇੱਕ ਮਿੰਟ ਆਪਾਂ ਚੱਲਦੇ ਹਾਂ, ਸੈਕਿੰਡ ਜਿਹੜੇ ਸੀਗੇ ਉਹ ਭੀਮ ਸੇਨ ਸੰਚਰ ਸੀਗੇ। ਸੋ ਦੁਬਾਰਾ ਫਿਰ ਉਸ ਕੁਐਸਚਨ ਦੇ ਉੱਤੇ ਆਪਾਂ ਆਉਂਦੇ ਹਾਂ ਵੀ ਆਪਸ਼ਨਸ ਜਿਹੜੀਆਂ ਨੇ ਇਹਨੂੰ ਐਲੀਮੀਨੇਟ ਕਰ ਦਿਆ ਕਰੋ, ਜਿਵੇਂ ਸੀ ਆਪਸ਼ਨ ਤਾਂ ਇਹਦਾ ਆਏਗਾ ਹੀ ਨਹੀਂ ਆਂਸਰ। ਸੋ ਏ ਆਪਸ਼ਨ ਕਪੂਰ ਸਿੰਘ ਰਹਿ ਗਈ, ਬੀ ਮਾਸਟਰ ਤਾਰਾ ਸਿੰਘ ਰਹਿ ਗਈ, ਡੀ ਆਪਸ਼ਨ ਆ ਜਿਹੜੀ ਗੁਰਦਿਆਲ ਸਿੰਘ ਢਿੱਲੋਂ ਰਹਿ ਗਈ ਆ। ਸੋ ਇਹਦਾ ਜਿਹੜਾ ਰਾਈਟ ਆਂਸਰ ਆ ਰਾਈਟ ਆਂਸਰ ਇਜ਼ ਕਪੂਰ ਸਿੰਘ, ਰਾਈਟ ਆਂਸਰ ਇਜ਼ ਕਪੂਰ ਸਿੰਘ ਜਿਹੜੇ ਕਿ ਫਸਟ ਆਪਣੇ ਵਿਧਾਨ ਸਭਾ ਦੇ ਸਪੀਕਰ ਸੀਗੇ ਪੰਜਾਬ ਦੇ। ਸੋ ਇਹਦੇ ਅੰਗੇਂਸਟ ਵੀ ਇੱਕ ਮਤਲਬ ਕਿ ਜਿਵੇਂ ਜੇ ਕਿਸੇ ਇੱਕ ਇਹ ਵੀ ਕੁਐਸਚਨ ਆ ਸਕਦਾ ਕਿ ਲੌਂਗੈਸਟ, ਜੇ ਆਪਾਂ ਗੱਲ ਕਰ ਲਈਏ ਤਾਂ ਲੌਂਗੈਸਟ ਜਿਹੜਾ ਸਰਵਿੰਗ ਵਿਧਾਨ ਸਭਾ ਦੇ ਵਿੱਚ ਐਜ਼ ਆ ਲੀਡਰ ਉਹ ਕਿੰਨਾ ਨੇ ਕੀਤਾ, ਤਾਂ ਇਹਦਾ ਰਾਈਟ ਆਂਸਰ ਹੈਗਾ ਗਾ ਬਲਰਾਮ ਸਿੰਘ ਜਾਖੜ ਨੇ। ਸੋ ਉਸਦਾ ਰਾਈਟ ਆਂਸਰ ਆ ਜਿਹੜਾ ਬਲਰਾਮ ਸਿੰਘ ਜਾਖੜ ਹੈ। ਅਤੇ ਜਿਹੜਾ ਆਪਾਂ ਮਤਲਬ ਕਿ ਆਪਣੀ ਆ ਗਈ ਬੀ ਆਪਸ਼ਨ ਆ ਮਾਸਟਰ ਤਾਰਾ ਸਿੰਘ, ਸੋ ਉਹ ਆਪਣੋ ਮਾਸਟਰ ਤਾਰਾ ਸਿੰਘ ਜੀ ਬਾਰੇ ਤਾਂ ਪਤਾ ਹੀ ਆ ਕਿ ਉਹ ਜਿਹੜਾ ਪੰਜਾਬੀ ਸੂਬਾ ਮੂਵਮੈਂਟ ਸੀਗੀ ਉਹਦੇ ਮੋਢੀ ਸਨ ਮਤਲਬ ਕਿ ਮਾਸਟਰ ਤਾਰਾ ਸਿੰਘ ਜੀ।
ਅਤੇ ਜੇ ਆਪਾਂ ਹੁਣ ਪ੍ਰੈਜ਼ੈਂਟ ਗੱਲ ਕਰੀਏ ਤਾਂ ਜੇ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਵਿਧਾਨ ਸਭਾ ਦਾ ਸਪੀਕਰ ਆ ਤਾਂ ਉਹਨਾਂ ਦਾ ਜਿਹੜਾ ਨੇਮ ਆ ਉਹ ਕੀ ਆ, ਉਹਨਾਂ ਦਾ ਨੇਮ ਹੈਗਾ ਟੂਡੇ ਜਿਹੜੇ ਹੈਗੇ ਨੇ ਉਹਨਾਂ ਦਾ ਨੇਮ ਹੈ ਰਾਣਾ ਕੇਪੀ ਸਿੰਘ। ਸੋ ਜਿਹੜੇ ਪ੍ਰੈਜ਼ੈਂਟ ਮਤਲਬ ਕਿ ਵਿਧਾਨ ਸਭਾ ਦੇ ਸਪੀਕਰ ਨੇ ਉਹਨਾਂ ਦਾ ਨੇਮ ਹੈਗਾ ਗਾ ਰਾਣਾ ਕੇਪੀ ਸਿੰਘ। ਅਤੇ ਡਿਪਟੀ ਕਮਿਸ਼ਨਰ ਡਿਪਟੀ ਸਪੀਕਰ ਦੀ ਅਗਰ ਆਪਾਂ ਜੇ ਗੱਲ ਕਰ ਲਈਏ, ਸੋਰੀ ਕਮਿਸ਼ਨਰ ਹੋ ਗਿਆ, ਡਿਪਟੀ ਸਪੀਕਰ ਦੀ ਅਗਰ ਆਪਾਂ ਗੱਲ ਕਰੀਏ ਤਾਂ ਡਿਪਟੀ ਸਪੀਕਰ ਜਿਹੜਾ ਨਾ ਜਿਹੜੇ ਨੇ ਉਹਨਾਂ ਦਾ ਨੇਮ ਹੈ ਅਜੈਬ ਸਿੰਘ ਪੱਟੀ, ਅਜੈਬ ਸਿੰਘ ਪੱਟੀ। ਸੋ ਸਪੀਕਰ ਨੇ ਕਦੋਂ ਵੀ ਆਪਣਾ ਜਿਹੜਾ ਰੈਜ਼ੀਗਨੇਸ਼ਨ ਦੇਣੀ ਹੁੰਦੀ ਹੈ ਤਾਂ ਉਹ ਜਿਹੜਾ ਰੈਜ਼ੀਗਨੇਸ਼ਨ ਆਪਣਾ ਉਹ ਡਿਪਟੀ ਸਪੀਕਰ ਨੂੰ ਹੀ ਦਿੰਦਾ ਗਾ, ਸੌਂਪਦਾ ਗਾ। ਜਿਵੇਂ ਪ੍ਰੈਜ਼ੀਡੈਂਟ ਹੋ ਗਏ, ਪ੍ਰੈਜ਼ੀਡੈਂਟ ਨੇ ਜੇ ਕੋਈ ਆਪਦਾ ਰੈਜ਼ੀਗਨੇਸ਼ਨ ਦੇਣਾ ਤਾਂ ਉਹਨਾਂ ਨੇ ਆਪਣਾ ਜਿਹੜਾ ਰੈਜ਼ੀਗਨੇਸ਼ਨ ਆ ਉਹ ਵਾਈਸ ਪ੍ਰੈਜ਼ੀਡੈਂਟ ਨੂੰ ਸੌਂਪਣਾ ਹੁੰਦਾ ਗਾ। ਸੋ ਨੈਕਸਟ ਇਹਦੇ ਬਾਰੇ ਆਪਾਂ ਵੈਸੇ ਗੱਲ ਆ ਜਿਹੜੀ ਉਹ ਕਰ ਹੀ ਲਈ ਆ, ਇਹ ਵੀ ਇਹਦੇ 'ਚੋਂ ਕਰੈਕਟ ਆਨਸਰ ਜਿਹੜਾ ਉਹ ਆਪਾਂ ਦੱਸਣਾ ਗਾ। ਪੰਜਾਬ ਦੇ ਵਿੱਚ ਇਹਨਾਂ ਨੇ ਕੁਐਸਚਨ ਦੇ ਵਿੱਚ ਬੋਲਿਆ ਗਾ ਵੀ 13 ਰਾਜ ਸਭਾ, 7 ਲੋਕ ਸਭਾ ਦੀਆਂ, 17 ਲੈਜਿਸਲੇਟਿਵ ਦੀਆਂ, ਇਵੇਂ ਕਰਕੇ ਸਾਰੇ ਜਿਹੜੇ ਕੁਐਸਚਨ ਨੇ ਇਹਨਾਂ ਵਿੱਚੋਂ ਜੋ ਰਾਈਟ ਆਨਸਰ ਆ ਉਹ ਹੈ ਜੀ ਤੁਹਾਡਾ ਬੀ ਆਪਸ਼ਨ। ਪੰਜਾਬ ਦੇ ਵਿੱਚ ਜਿਵੇਂ ਤੁਹਾਨੂੰ ਪਹਿਲਾਂ ਵੀ ਪਿਛਲੇ ਕੁਐਸਚਨ ਦੇ ਵਿੱਚ ਵੀ ਗੱਲ ਕੀਤੀ ਆ ਕਿ ਪੰਜਾਬ ਦੇ ਵਿੱਚ ਜਿਹੜੀਆਂ 7 ਤਾਂ ਰਾਜ ਸਭਾ ਦੀਆਂ ਸੀਟਾਂ ਨੇ, 13 ਸੀਟਾਂ ਜਿਹੜੀਆਂ ਨੇ ਉਹ ਲੋਕ ਸਭਾ ਦੀਆਂ ਨੇ ਜਿਹਨੂੰ ਆਪਾਂ MP ਦੀਆਂ ਮਤਲਬ ਕਿ ਸੀਟਸ ਕਹਿੰਦੇ ਹਾਂ। ਸੋ 17 ਜਿਹੜੀਆਂ ਸੀਟਸ ਨੇ ਉਹ ਹੈ ਨੇ MLA ਦੀਆਂ। ਸੋ ਇਹਦੇ 'ਚ ਵੀ ਵਿੱਚ ਵੀ ਮਤਲਬ ਕਈ ਵਾਰੀ ਨਾ ਵੈਸੇ ਬੈਕ ਸਾਈਡ ਦੇ ਉੱਤੇ ਤੁਹਾਨੂੰ ਇਹਦੇ 'ਚ ਆਪਸ਼ਨ ਮੈਨੂੰ ਲੱਗਦਾ ਪਾਈ ਨਹੀਂ ਸ਼ਾਇਦ ਟਾਈਪਿੰਗ ਵਾਲੇ ਨੇ। ਸੋ ਜਿਹੜੀ ਆਪਸ਼ਨ ਆ ਇਹਦੇ 'ਚ ਯੂਨੀ ਕੈਮਰਲ ਕਰਕੇ ਅਤੇ ਬਾਈ ਕੈਮਰਲ ਕਰਕੇ ਵੀ ਤੁਹਾਨੂੰ ਆਪਸ਼ਨ ਆ ਜਿਹੜੀ ਉਹ ਆ ਜਾਂਦੀ ਆ। ਪੰਜਾਬ ਦੇ ਵਿੱਚ ਜਿਹੜੀ ਹੈਗੀ ਆ ਉਹ ਹੁਣ ਜਿਹੜੀ ਹੈਗੀ ਆ ਲੈਜਿਸਲੇਟਿਵ ਆ ਜਿਹੜੀ ਉਹਨੂੰ ਯੂਨੀ ਕੈਮਰਲ ਮਤਲਬ ਕਿ ਕਹਿੰਦੇ ਆ, ਜਿਹਦੇ 'ਚ ਕਿ ਸਿਰਫ 1 ਹਾਊਸ ਹੁੰਦਾ ਗਾ। ਸੋ ਜੋ ਬਾਈ ਕੈਮਰਲ ਆ ਉਹਦੇ 'ਚ 2 ਹਾਊਸਿਸ ਹੁੰਦੇ ਨੇ। ਸੋ ਲੈਜਿਸਲੇਟਿਵ ਅਸੈਂਬਲੀ ਜਿਵੇਂ ਆਪਾਂ ਕਹਿ ਲਈਏ ਤਾਂ ਉਹਨੂੰ ਜਿਵੇਂ ਵਿਧਾਨ ਸਭਾ ਦੀਆਂ ਸੀਟਸ ਕਹਿ ਜਾਂਦੀਆਂ ਗੀਆਂ, ਜਿਵੇਂ 117 ਸੀਟਸ ਨੇ ਆਪਣੀਆਂ, ਇਹ ਜਿਹੜੀਆਂ 117 ਸੀਟਸ ਨੇ ਇਹ ਵਿਧਾਨ ਸਭਾ ਦੀਆਂ ਸੀਟਸ ਨੇ। ਅਤੇ ਆਪਣੇ ਜਿਹੜਾ ਪੰਜਾਬ ਦੇ ਵਿੱਚ ਆ ਜਿਹੜਾ ਸਟਰਕਚਰ ਆ ਉਹ ਯੂਨੀ ਕੈਮਰਲ ਹੀ ਚਲਾਇਆ ਜਾਂਦਾ। ਅਤੇ ਜੇ ਆਪਾਂ ਬਾਈ ਕੈਮਰਲ ਦੀ ਗੱਲ ਕਰ ਲਈਏ ਜਿਹੜੀ ਕਿ ਵਿਧਾਨ ਪਰਿਸ਼ਦ ਜਿਹਨੂੰ ਪੰਜਾਬੀ ਦੇ ਵਿੱਚ ਵਿਧਾਨ ਪਰਿਸ਼ਦ ਕਹਿੰਦੇ ਹਾਂ, ਜਾਂ ਬਾਈ ਕੈਮਰਲ ਤੋਂ ਜਾਂ ਲੈਜਿਸਲੇਟਿਵ ਕੌਂਸਿਲ ਆਪਾਂ ਗੱਲ ਕਰ ਲਈਏ, ਸੋ ਲੈਜਿਸਲੇਟਿਵ ਕੌਂਸਿਲ ਆ ਜਿਹੜੀ ਵਿਧਾਨ ਪਰਿਸ਼ਦ ਆ ਉਹ ਜਿਹੜੀ ਮਤਲਬ ਇੰਡੀਆ ਦੇ ਵਿੱਚ ਕਿੰਨੀਆਂ ਸਟੇਟਾਂ ਦੇ ਕੋਲ ਆ, ਤਾਂ ਉਹਦਾ ਜਿਹੜਾ ਆਨਸਰ ਹੈਗਾ ਗਾ, ਇੱਕ ਮਿੰਟ, ਲੈਜਿਸਲੇਟਿਵ ਕੌਂਸਿਲ ਇਹਦਾ ਜਿਹੜਾ ਆਨਸਰ ਆ ਉਹ ਹੈਗਾ ਗਾ 6 ਸਟੇਟਸ ਦੇ ਵਿੱਚ ਆ, ਇਹ ਇੰਡੀਆ ਦੀਆਂ 6 ਸਟੇਟਸ ਦੇ ਵਿੱਚ ਆ ਜਿਹੜੀ ਯੂਨੀਕੈਮਰਲ। ਆਪਣੇ ਪੰਜਾਬ ਦੇ ਵਿੱਚ ਵੀ ਪਹਿਲਾਂ ਜਿਹੜਾ ਇਹ ਸਟਰਕਚਰ ਆ ਉਹ ਬਾਈ ਕੈਮਰਲ ਦਾ ਹੀ ਹੁੰਦਾ ਸੀਗਾ। ਸੋ ਪੰਜਾਬ ਦੇ ਵਿੱਚ ਜਿਹੜਾ ਇਹ 1970 ਦੇ ਵਿੱਚ ਮਤਲਬ ਲੈਜਿਸਲੇਟਿਵ ਕੌਂਸਿਲ ਆ ਜਿਹੜੀ ਉਹ ਭੰਗ ਕਰਤੀ ਸੀਗੀ। ਉਸ ਤੋਂ ਬਾਅਦ ਇੱਕ ਹੀ ਹਾਊਸ ਜਿਹੜਾ ਮਤਲਬ ਯੂਨੀਕੈਮਰਲ ਉਹ ਸੀ। ਸੋ ਓਕੇ, ਸੋ ਅੱਜ ਦਾ ਜਿਹੜੇ ਲੈਕਚਰ ਸੀਗੇ ਉਹ ਤੁਹਾਨੂੰ ਮਲਟੀਪਲ ਕੁਐਸਚਨ ਦੇ ਨਾਲ, ਕੱਲ੍ਹ ਤੋਂ ਜਿਹੜੇ ਆਪਣੇ ਲੈਕਚਰ ਨੇ ਉਹ ਬਿਲਕੁਲ ਉਵੇਂ ਹੀ ਸਟਾਰਟ ਹੋਣਗੇ। ਸੋ ਤੁਹਾਨੂੰ ਸਾਰੇ ਸਟੂਡੈਂਟਸ ਨੂੰ ਰਿਕੁਐਸਟ ਹੈ ਕਿ ਇੱਕ ਤਾਂ ਮਤਲਬ ਯੂਟਿਊਬ ਦੇ ਉੱਤੇ ਇਗਨਾਈਟਡ ਮਾਈਂਡ ਇੰਸਟੀਟਿਊਟ ਕਰਕੇ ਪੇਜ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ। ਬਾਕੀ ਜੋ ਸਟੱਡੀ ਮਟੀਰੀਅਲ ਹੈ ਉਹ ਤੁਹਾਨੂੰ ਐਪ ਦੇ ਥਰੂ ਹੀ ਪ੍ਰੋਵਾਈਡ ਆ ਜਿਹੜਾ ਕੀਤਾ ਜਾਊਗਾ, ਉਹ ਗੂਗਲ ਪਲੇ ਸਟੋਰ ਆ ਜਿਹੜੀ ਮਤਲਬ ਐਂਡਰਾਇਡ ਫੋਨ ਦੇ ਵਿੱਚ, ਉੱਥੇ ਤੁਹਾਨੂੰ ਪਲੇ ਸਟੋਰ ਦੇ ਵਿੱਚ ਇਗਨਾਈਟਡ ਮਾਈਂਡ ਇੰਸਟੀਟਿਊਟ ਕਰਕੇ ਹੀ ਲੌਗਇਨ ਹੋ ਜਾਏਗਾ। ਅਗਰ ਕਿਸੇ ਕੋਲ ਆਈਫੋਨ ਹੈ ਤਾਂ ਆਈਫੋਨ ਦੇ ਵਿੱਚ ਜਿਹੜੀ ਐਪ ਆ ਉਹ ਡਾਇਰੈਕਟਲੀ ਨਹੀਂ ਡਾਊਨਲੋਡ ਹੁੰਦੀਗੀ, ਉਹ ਤੁਸੀਂ ਜਿਹੜਾ ਕਲਾਸ ਪਲੱਸ ਕਰਕੇ ਇੰਸਟਾਲ ਕਰਨੀ ਹੈ, ਤਾਂ ਉਸ ਤੋਂ ਬਾਅਦ ਜਿਹੜਾ ਔਰਗਨਾਈਜੇਸ਼ਨ ਕੋਡ ਹੈ ਉਹਨੂੰ ਫਿਲ ਕਰਕੇ ਤੁਸੀਂ ਆਪਦੇ ਡੈਸਕਟੋਪ ਜਾਂ iOS ਜਿਹੜਾ ਵੀ ਤੁਹਾਡਾ ਫੋਨ ਹੈ ਉਹਦੇ 'ਤੇ ਤੁਸੀਂ ਯੂਜ਼ ਜਿਹੜਾ ਕਰ ਸਕਦੇ ਹੋ। ਸੋ ਸਾਰਿਆਂ ਨੂੰ ਰਿਕੁਐਸਟ ਹੈ ਅਗੇਨ ਕਿ ਜਿਹੜਾ ਇਹ ਸਾਡਾ ਚੈਨਲ ਆ ਉਹਨੂੰ ਜ਼ਰੂਰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ ਅਤੇ ਲਾਈਕ ਕਰੋ। ਸੋ ਐਵਰੀਬੋਡੀ ਥੈਂਕ ਯੂ।
अगेन कल तुहानू नवें टॉपिक दे नाल जिहड़ा ओह अपडेट होवांगे। थैंक यू सो मच।